ਜਿਹੜਾ ਕੈਨੇਡਾ ਐਮਬੈਸੀ ਨੇ ਇੰਟਰਵਿਊ ਲਈ ਹੈ, ਜਿਨ੍ਹਾਂ ਬੱਚਿਆਂ ਨੇ 18 ਜੂਨ ਤੋਂ ਪਹਿਲਾਂ ਵਰਕ ਵੀਜ਼ੇ ਦੀ ਫਾਈਲ ਲਗਾਈ ਸੀ, ਉਹਨਾਂ ਤੋਂ ਪੁੱਛਿਆ ਗਿਆ ਵਾਈ ਡੂ ਯੂ ਵਾਂਟ ਟੂ ਲੀਵ ਯੂਅਰ ਕਰੰਟ ਜੋਬ। ਇਹ ਪਹਿਲਾ ਕੁਐਸਚਨ ਪੁੱਛਿਆ। ਦੂਸਰਾ ਕੁਐਸਚਨ ਪੁੱਛਿਆ, ਵਟ ਵਾਰ ਯੂਅਰ ਪ੍ਰੀਵੀਅਸ ਸੈਲਰੀ ਐਂਡ ਬੈਨੀਫਿਟਸ ਇਨ ਯੂਅਰ ਲਾਸਟ 3 ਪੋਜੀਸ਼ਨਸ। ਅਗਲਾ ਕੁਐਸਚਨ ਪੁੱਛਿਆ ਜੀ ਉਹਨਾਂ ਨੇ ਇੰਟਰਵਿਊ 'ਚ ਨੈਨੀ ਦੀ, ਵਟ ਆਰ ਯੂਅਰ ਲੌਂਗ ਟਰਮ ਇੰਟਰਸਟ ਐਂਡ ਗੋਲਸ। ਉਸ ਤੋਂ ਬਾਅਦ ਪੁੱਛਿਆ ਕਿ ਜਿਹੜੇ ਬੱਚੇ ਦੀ ਦੇਖਭਾਲ ਲਈ ਉਹ ਜਾ ਰਹੇ ਹਨ ਸਪੈਸ਼ਲ ਨੀਡ, ਉਸਨੂੰ ਡਸ਼ਨੀ ਸਿੰਡਰੋਮ ਹੈ, ਤਾਂ ਨੈਚੁਰਲੀ ਇਸ ਇਹ ਕੀ ਹੁੰਦਾ ਅਤੇ ਮਸਲ ਨਾਲ ਐਸੋਸੀਏਟਿਡ ਹੈ, ਤਾਂ ਮਾਇਓਸਾਈਟਿਸ ਕੀ ਹੁੰਦੀ ਹੈ ਅਤੇ ਮਾਇਲਜੀਆ ਕੀ ਹੁੰਦਾ, ਯਾਨੀ ਕਿ ਪੇਨ ਇਨ ਮਸਲਸ ਅਤੇ ਇਨਫਲਾਮੇਸ਼ਨ ਇਨ ਮਸਲਸ। ਫਿਰ ਉਸ ਤੋਂ ਮਸਲਸ ਦੇ ਬਾਰੇ, ਜਿਸ ਤਰ੍ਹਾਂ ਅਸੀਂ ਸਾਰੇ ਬੱਚਿਆਂ ਨੂੰ ਕਹਿੰਦੇ ਹਾਂ ਕਿ ਜ਼ਰੂਰ ਪੜ੍ਹੋ ਕਿ ਲਿਵੇਟਰ ਪੈਲਪੀਬਰੀ ਐਲਕੁਈਨੇਜ਼ੀ ਮਸਲ ਜਿਹੜੀ ਹੈ ਉਹ ਕਿੱਥੇ ਹੁੰਦੀ ਹੈ। ਫਿਰ ਉਹਨੂੰ ਪੁੱਛਿਆ ਮਸਲਸ ਆਫ ਮੈਸਟੀਕੇਸ਼ਨ, ਮੈਜੀਟਰ, ਟੈਂਪੋਰਲਿਸ, ਮੀਡੀਅਲ ਟੈਰੀਕੋਇਡ, ਲੈਟਰ ਟੈਰੀਕੋਇਡ ਬਾਰੇ। ਫਿਰ ਡਿਫਰੈਂਸ ਪੁੱਛਿਆ ਕਿ ਮਸਲ, ਨਰਵ, ਆਰਟਰੀ ਅਤੇ ਵੇਨ ਦਾ ਡਿਫਰੈਂਸ ਕੀ ਹੈ। ਫਿਰ ਉਸ ਤੋਂ ਬਾਅਦ ਉਸਨੂੰ ਜਿਹੜਾ ਨੈਕਸਟ ਕੁਐਸਚਨ ਪੁੱਛਿਆ, ਸਾਹਮਣੇ ਲਿਖਿਆ ਮੈਂ, ਵੇਅਰ ਵੁੱਡ ਯੂ ਮੋਸਟ ਲਾਈਕ ਟੂ ਲਿਵ ਐਂਡ ਵਰਕ ਇਫ ਯੂ ਕੁੱਡ ਬੀ ਐਨੀਵੇਅਰ। ਅਗਲਾ ਕੁਐਸਚਨ, ਆਰ ਯੂ ਸੀਰੀਅਸਲੀ ਕੰਸਿਡਰਿੰਗ ਐਨੀ ਅਦਰ ਜੋਬ ਐਟ ਦੀ ਮੂਮੈਂਟ, ਪਲੀਜ਼ ਡਿਸਕ੍ਰਾਈਬ ਦੈਟ ਯੂ ਲਾਈਕ ਐਂਡ ਡੂ ਨੋਟ ਲਾਈਕ ਅਬਾਊਟ ਈਚ ਵਨ। ਨੈਕਸਟ, ਵਟ ਇਜ਼ ਯੂਅਰ ਟਾਈਮ ਫਰੇਮ ਫੋਰ ਮੇਕਿੰਗ ਏ ਮੂਵ, ਮਤਲਬ ਤੁਹਾਨੂੰ ਸਿਲੈਕਟ ਕਰ ਲਿਆ ਜਾਵੇ ਤਾਂ ਕਿੰਨੇ ਟਾਈਮ 'ਚ ਤੁਸੀਂ ਤਿਆਰ ਪਰ ਤਿਆਰ ਹੋ। ਵਟ ਥਿੰਗਸ ਆਰ ਯੂ ਲੁਕਿੰਗ ਫੋਰ ਯੂ ਇਨ ਨੈਕਸਟ ਜੋਬ। ਵਟ ਆਰ ਦਾ ਮੋਸਟ ਇੰਪੋਰਟੈਂਟ ਫੈਕਟਰ ਯੂ ਵਿਲ ਯੂਜ ਟੂ ਡਿਸਾਈਡ ਵਿਚ ਜੋਬ ਯੂ ਅਕਸੈਪਟ ਆਫਟਰ ਦਿਸ ਵਰਕ ਵੀਜ਼ਾ। ਇਹ ਵਰਕ ਵੀਜ਼ੇ ਤੋਂ ਬਾਅਦ ਤੁਸੀਂ ਦੱਸੋ ਕਿ ਕਿਹੜੀ ਜੋਬ ਨੂੰ ਤੁਸੀਂ ਅਕਸੈਪਟ ਕਰੋਗੇ। ਉਸ ਤੋਂ ਬਾਅਦ ਇਹ ਪੁੱਛਿਆ, ਵਟ ਡੂ ਯੂ ਥਿੰਕ ਮੇਕਸ ਯੂ ਯੂਨੀਕਲੀ ਕੁਆਲੀਫਾਈਡ ਫੋਰ ਦਿਸ ਕੇਅਰ ਗਿਵਰ ਪੁਜੀਸ਼ਨ। ਤੁਸੀਂ ਦੱਸੋ ਕਿ ਕਿਸ ਤਰ੍ਹਾਂ ਤੁਹਾਨੂੰ ਇਹ ਅਲੱਗ ਅਤੇ ਯੂਨੀਕਲੀ ਕੁਆਲੀਫਾਈ ਕਰਦੀ ਹੈ ਇਸ ਪੁਜੀਸ਼ਨ ਵਿੱਚ। ਫਿਰ ਦੱਸਿਆ ਉਹਨਾਂ ਨੂੰ, ਨੈਕਸਟ ਕੁਐਸਚਨ ਲਿਖਿਆ ਹੈਗਾ, ਕੈਨ ਯੂ ਡਿਸਕ੍ਰਾਈਬ ਵਟ ਯੂ ਫੀਲ ਟੂ ਬੀ ਐਨ ਆਈਡੀਅਲ ਵਰਕਿੰਗ ਇਨਵਾਇਰਮੈਂਟ ਫੋਰ ਕੇਅਰ ਗਿਵਰ। ਲਾਸਟ ਕੁਐਸਚਨ ਉਹਨੇ ਪੁੱਛਿਆ ਉਹਨੂੰ ਸਿਲੈਕਟ ਕਰਨ ਤੋਂ ਪਹਿਲਾਂ, ਹਾਊ ਵੁੱਡ ਯੂ ਡਿਸਾਈਡ ਯੂਅਰ ਡਿਸਕ੍ਰਾਈਬ ਯੂਅਰ ਪਰਸਨੈਲਿਟੀ। ਤਾਂ ਬੜੇ ਹੀ ਕੋਮਨ ਅਤੇ ਬਹੁਤ ਨੇੜਿਓਂ ਲੰਘਣ ਵਾਲੇ ਗੁਗਲੀਆਂ ਸਨ, ਤਾਂ ਖਾਸ ਕਰ GNM, BSc ਨਰਸਿੰਗ ਅਤੇ MSc ਨਰਸਿੰਗ ਸਾਡੇ ਤੋਂ ਪੁੱਛਦੇ ਆ, ਅਤੇ ETT ਦੇ ਅਧਿਆਪਕ ਪੁੱਛਦੇ ਆ ਕਿ NTT ਦੇ, ਕਿ ਅਸੀਂ ਤਾਂ BEd ਆ, MEd ਆ, ਟੀਚਿੰਗ ਦਾ ਐਕਸਪੀਰੀਅੰਸ ਹੈ 20 ਸਾਲ, ਅਤੇ 20 ਸਾਲ ਕੋਈ ਕਹਿੰਦਾ ਜੀ ਮੈਂ ਨਰਸ ਰਹੀ ਹਾਂ DNN ਮੈਡੀਕਲ ਕਾਲਜ, PGI 'ਚ ਅਤੇ CMC, ਸਾਨੂੰ ਵਕੀਲ ਕਹਿੰਦਾ ਕਿ ਲੋੜ ਨਹੀਂ ਹੈ ਤੁਹਾਨੂੰ ਨੈਨੀ ਦਾ ਕੋਰਸ ਕਰਨ ਵਾਸਤੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹੋ ਜਿਹੇ ਕੁਐਸਚਨ ਅਗਰ ਉੱਠਣਗੇ ਤਾਂ ਕਿਹੜਾ PGI, ਕਿਹੜਾ DMC, ਕਿਹੜਾ CMC ਅਤੇ ਕਿਹੜੀ ETT ਅਤੇ ਕਿਹੜੀ NTT ਅਤੇ ਕਿਹੜੀ BEd ਅਤੇ MEd ਅਤੇ MSc ਨਰਸਿੰਗ ਵਿੱਚ ਇਹ ਕਰਵਾਏ ਜਾਂਦੇ ਹਨ। ਹੁਣ ਤੁਸੀਂ ਬਿਹਤਰ ਜਾਣਦੇ ਹੋ ਇਹਨਾਂ ਤਾਬੜ ਤੋੜ ਹਮਲੇ ਕੁਐਸਚਨਾਂ ਦੇ ਵਿੱਚ ਪੰਜਾਬੀ ਐਮਬੈਸੀ ਓਫਿਸ਼ੀਅਲ ਸਾਹਮਣੇ ਹੋਵੇ ਤਾਂ ਤੁਸੀਂ ਉਹਦਾ ਪਰਪੱਕ ਜਵਾਬ ਨਾ ਦੇ ਪਾਓ ਤਾਂ ਰਿਜੈਕਸ਼ਨ ਸਾਹਮਣੇ ਹੈ। ਜਦੋਂ WS GNM ਨੂੰ ਮੰਦਾ ਨਾ ਹੋਵੇ ਤਾਂ ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਪਣੇ ਕੰਪੀਟੀਸ਼ਨ ਸਕਿੱਲਸ ਕਿਵੇਂ ਵਧਾਈਆਂ ਜਾ ਸਕਦੀਆਂ। ਉਹ ਇੱਕੋ ਹੀ ਜਗ੍ਹਾ, ਬਾਬਾ ਦੀਪ ਸਿੰਘ ਇੰਡੋ ਅਮੈਰੀਕਨ ਇੰਸਟੀਚਿਊਟ, ਸਰਹੰਦ ਰੋਡ, ਕਮਲ ਕਲੋਨੀ, ਗਲੀ ਨੰਬਰ 4, ਪਟਿਆਲਾ, ਪੰਜਾਬ। ਫੋਨ ਨੰਬਰ 9872246850। ਇੰਟਰਵਿਊ ਲਈ ਸਾਨੂੰ ਜ਼ਰੂਰ ਕਸ਼ਟ ਦਿਓ, ਕੇਅਰ ਗਿਵਰ ਜਾਂ ਨੈਨੀ ਦੀ, ਚਾਹੇ ਜਿੱਥੋਂ ਮਰਜ਼ੀ ਤੁਸੀਂ ਕੋਰਸ ਕੀਤਾ ਹੋਵੇ। ਧੰਨਵਾਦ।